ਸਾਡੇ ਦਾ ਕੁਛ ਤੁਹਾਡੇ ਨਾਲ ਆ ਸੀ, ਕੋਈ ਗੱਲ ਨਹੀਂ। ਅੱਖਾਂ 'ਚੋਂ ਹੰਝੂ ਕੇਰਦਾ ਤੇ ਰੋਂਦਾ ਉਹ ਸ਼ਖਸ ਹੈ ਜਿਸਦੇ ਭਰਾ ਤੇ ਇੱਕ ਸਾਥੀ ਦੀ ਟ੍ਰੇਨ ਦੀ ਚਪੇਟ 'ਚ ਆਉਣ ਨਾਲ ਮੌਤ ਹੋ ਗਈ ਹੈ। ਦੱਸਦੇ ਕਿ ਰੇਲਵੇ ਲਾਈਨਾਂ 'ਤੇ ਬੈਠ ਕੇ ਕੁਝ ਲੋਕ ਸ਼ਰਾਬ ਪੀ ਰਹੇ ਸਨ, ਇਸੇ ਦੌਰਾਨ ਹੀ ਟ੍ਰੇਨ ਵੀ ਪਟਰੀ 'ਤੇ ਆ ਜਾਂਦੀ ਹੈ। ਇਹਨਾਂ ਨੂੰ ਭਿਣਕ ਤੱਕ ਨਹੀਂ ਲੱਗਦੀ ਅਤੇ ਨਾ ਹੀ ਟ੍ਰੇਨ ਦਾ ਹੌਰਨ ਸੁਣਾਈ ਦਿੰਦਾ ਹੈ। ਇਹ ਉੱਥੇ ਬੈਠੇ ਸ਼ਰਾਬ ਪੀਂਦੇ ਰਹਿੰਦੇ ਨੇ ਅਤੇ ਉਧਰ ਟ੍ਰੇਨ ਇਹਨਾਂ ਦੇ ਉੱਪਰੋਂ ਲੰਘ ਜਾਂਦੀ ਹੈ। ਦੋ ਵਿਅਕਤੀਆਂ ਦੀ ਟ੍ਰੇਨ ਦੀ ਚਪੇਟ 'ਚ ਆਉਣ ਨਾਲ ਮੌਤ ਹੋ ਜਾਂਦੀ ਹੈ, ਜਦਕਿ ਤਿੰਨ ਲੋਕ ਉੱਥੋਂ ਭੱਜ ਕੇ ਆਪਣੀ ਜਾਨ ਬਚਾਉਂਦੇ ਨੇ। ਮ੍ਰਿਤਕਾਂ ਦੇ ਵਿੱਚ 58 ਸਾਲਾ ਸਤਪਾਲ ਅਤੇ 38 ਸਾਲ ਪ੍ਰਵੀਨ, ਜਿਨ੍ਹਾਂ ਦੋਨਾਂ ਦੀ ਟ੍ਰੇਨ ਦੀ ਚਪੇਟ 'ਚ ਆਉਣ ਦੇ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਹੈ, ਜਦਕਿ ਤਿੰਨ ਲੋਕ ਉੱਥੋਂ ਭੱਜ ਗਏ ਸਨ ਜਿਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਪ੍ਰਵੀਨ ਦੇ ਭਰਾ ਨੇ ਦੱਸਿਆ ਹੈ ਕਿ ਜਦੋਂ ਉਸਦਾ ਭਰਾ ਸਵੇਰੇ ਨਿਕਲਿਆ ਹੈ ਤਾਂ ਉਸ ਤੋਂ ਬਾਅਦ ਵਾਪਸ ਨਹੀਂ ਆਇਆ, ਨਾ ਹੀ ਉਸਨੇ ਫੋਨ ਚੁੱਕਿਆ। ਰਾਤ ਵੇਲੇ ਉਸਦਾ ਫੋਨ ਵੀ ਬੰਦ ਆਉਣ ਲੱਗ ਗਿਆ। ਜਦੋਂ ਉਹਨਾਂ ਨੇ ਆਸ ਪਾਸ ਦੇ ਇਲਾਕੇ 'ਚ ਪੁੱਛ ਪੜਤਾਲ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਰੇਲਵੇ ਲਾਈਨਾਂ 'ਤੇ ਕੁਝ ਲੋਕ ਸ਼ਰਾਬ ਪੀ ਰਹੇ ਸਨ ਅਤੇ ਉਹਨਾਂ ਦੇ ਵਿੱਚੋਂ ਦੋ ਦੀ ਮੌਤ ਹੋ ਗਈ ਹੈ। ਤਾਂ ਫਿਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਭਰਾ ਦੀ ਵੀ ਇੱਥੇ ਮੌਤ ਹੋ ਚੁੱਕੀ ਹੈ। ਇਹ ਸਾਰਾ ਹਾਦਸਾ ਖੰਨਾ ਦੇ ਲਲਹੇੜੀ ਰੋਡ 'ਤੇ ਪੈਂਦੇ ਰੇਲਵੇ ਪੁਲ ਦੇ ਨੇੜੇ ਹੀ ਬਣੀਆਂ ਲਾਈਨਾਂ 'ਤੇ ਵਾਪਰਿਆ, ਜਿੱਥੇ ਰੇਲਵੇ ਟਰੈਕ 'ਤੇ ਬੈਠ ਕੇ ਕੁਝ ਲੋਕ ਸ਼ਰਾਬ ਪੀ ਰਹੇ ਸਨ ਅਤੇ ਇਸੇ ਦੌਰਾਨ ਹੀ ਇਹ ਹਾਦਸਾ ਵਾਪਰਦਾ ਹੈ। ਟ੍ਰੇਨ ਆਉਂਦੀ ਹੈ ਅਤੇ ਇਹਨਾਂ ਨੂੰ ਦਰੜ ਕੇ ਚਲੀ ਜਾਂਦੀ ਹੈ। ਦੋ ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਜਾਂਦੀ ਹੈ, ਜਦਕਿ ਤਿੰਨ ਲੋਕ ਉੱਥੋਂ ਭੱਜ ਕੇ ਆਪਣੀ ਜਾਨ ਬਚਾ ਲੈਂਦੇ ਨੇ। ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਰਾਤ ਨੂੰ ਇਹ ਆਪਣਾ ਲੋਕਾਂ ਨੇ ਸਾਨੂੰ ਦੱਸਿਆ ਸੀ, ਰਾਤ ਲੱਭਿਆ, ਸਾਰੀ ਰਾਤ ਲੱਭਿਆ ਸੀ ਇਹਨੂੰ, ਅਸੀਂ 11 ਵਜੇ ਤੱਕ ਲੱਭਿਆ ਸਾਨੂੰ ਅਤੇ ਕਿਸੇ ਦੇ ਅਸੀਂ ਘਰ ਅੱਗੇ ਲੱਭਣ, ਉਹਨਾਂ ਨੂੰ ਲੱਭਣ ਕਰਕੇ ਅਸੀਂ ਉਹਨੇ ਕਿਸੇ ਉਹਨੇ ਸਾਨੂੰ ਦੱਸਿਆ ਵੀ ਕਹਿੰਦਾ ਵੀ ਕੋਈ ਬੰਦਾ ਉਹਦੇ ਗੱਡੀ ਥੱਲੇ ਆਏ ਨੇ ਦੋ ਬੰਦੇ ਉਹਰੇ, ਅਤੇ ਸਾਨੂੰ ਤਾਂ ਪਤਾ ਲੱਗਿਆ ਉਹਰੇ ਉਹਨਾਂ ਦਾ, ਅਤੇ ਉਹ ਤੋਂ ਬਾਅਦ ਅਸੀਂ ਫਿਰ ਜਾ ਵੀ ਰਹੇ ਸੀਗੇ ਅਸੀਂ ਲੱਭਣ ਉਹਨਾਂ ਦੇ ਹੋਰ ਪਾਸੇ ਵੀ। ਆਲੇ ਦੁਆਲੇ ਜਿਹੜੇ ਉੱਥੇ ਲੋਕ ਨੇ ਉਹ ਕੀ ਦੱਸਦੇ ਵੀ ਕਿਸ ਤਰ੍ਹਾਂ ਹੋਇਆ ਹਾਦਸਾ ਜੀ? ਆਲੇ ਦੁਆਲੇ ਦੇ ਲੋਕ ਤਾਂ ਇਹੀ ਦੱਸ ਰਹੇ ਨੇ ਕਿ ਤਾਂ ਵੀ ਲਾਈਨਾਂ 'ਤੇ ਬੈਠੇ ਸੀਗੇ ਇਹ 4-5 ਬੰਦੇ ਬੈਠੇ ਸੀਗੇ, ਵੀ ਤਿੰਨ ਤਾਂ ਉੱਠ ਕੇ ਚਲੇ ਗਏ, ਇਹ ਦੋ ਰਹਿ ਗਏ ਉੱਥੇ ਡਰਿੰਕ ਵਗੈਰਾ ਕਰਦੇ ਸੀ ਕਦੇ ਪਤਾ ਨਹੀਂ ਰੱਬ ਜਾਣੇ ਨਸ਼ੇ 'ਚ ਸੀਗੇ ਕਿਵੇਂ ਸੀਗੇ ਇਹ ਨਸ਼ੇ 'ਚ ਸੀਗੇ ਅਤੇ ਉਸ ਕਰਕੇ ਗੱਡੀ ਦੀ ਲਪੇਟ 'ਚ ਆ ਗਏ ਜੀ। ਅਤੇ ਉੱਥੋਂ ਜਿਹੜੇ ਬਾਕੀ ਸੀ ਉਹਨਾਂ ਨੇ ਫਿਰ ਭੱਜ ਕੇ ਬਚਾਈ ਜਾਣ ਕਿਸ ਤਰ੍ਹਾਂ ਕਿੰਨੀ ਬਾਕੀ? ਹਾਂਜੀ, ਉਹਨੇ ਭੱਜ ਕੇ ਜਾਣ ਬਚਾਈ ਹੈ ਜੀ। ਇਹ ਦੋ ਨਹੀਂ ਬਚਾ ਸਕਦੇ? ਇਹ ਦੋ ਨਹੀਂ ਜਾ ਬਚਾ ਸਕੇ ਜੀ ਉਹ ਦੋਨੇ। ਰੇਲਵੇ ਪੁਲਿਸ ਕੋਲ ਉਹਨਾਂ ਕੋਲ ਅਸੀਂ ਗਏ ਸੀਗੇ ਵੀ ਸਾਨੂੰ ਉਹ ਦੇ ਦਿਓ, ਰੈੱਡ ਬੋਡੀ ਦੇ ਦਿਓ, ਉਹ ਕਹਿੰਦੇ ਨੇ ਅਸੀਂ ਇਨਕੁਆਇਰੀ ਕਰਕੇ ਦੇਵਾਂਗੇ ਕੱਲ੍ਹ ਨੂੰ, ਵੀ ਅਸੀਂ ਇਨਕੁਆਇਰੀ ਕਰਕੇ ਵੀ ਕੱਲ੍ਹ ਨੂੰ ਇਹਨਾਂ ਦੇ ਪੋਸਟਮਾਰਟਮ ਹੋਊਗਾ, ਉਹ ਤੋਂ ਬਾਅਦ ਮਿਲੂਗੀ ਬੋਡੀ। ਕਿਸ ਤਰ੍ਹਾਂ ਇਹਦਾ ਗੁਜ਼ਾਰਾ ਚੱਲਦਾ ਸੀ ਘਰ ਦਾ? ਪ੍ਰਵੀਨ ਕੀ ਕੰਮ ਕਰਦਾ? ਇਹ ਮਜ਼ਦੂਰੀ ਸੀਗਾ, ਇਹ ਮਜ਼ਦੂਰ ਬੰਦਾ ਜੀ। ਅਤੇ ਘਰ 'ਚ ਹੋਰ ਕੌਣ ਕੌਣ ਪਿੱਛੇ ਰਹਿ ਗਏ ਫਿਰ ਜੀ? ਛੋਟੇ ਛੋਟੇ ਬੱਚੇ ਨੇ ਜੀ, ਬਸ ਦੋ ਬੱਚੇ ਨੇ, ਇੱਕ ਮਾਈ ਜੀ। ਇਹੀ ਇਕੱਲਾ ਹੀ ਸੀ ਗੁਜ਼ਾਰਾ ਕਮਾਈ ਦਾ ਜੀ? ਹਾਂਜੀ। ਇਹ ਸਰ ਕੱਲ੍ਹ ਮੈਂ ਇੱਥੇ ਸ਼ਾਮੀ ਵਕਤ ਕਰੀਬ 7:30 ਵਜੇ 7:45 ਦੇ ਕਰੀਬ ਹਾਕਾ ਚੌਂਕੀ ਹਾਜ਼ਰ ਸੀ। ਮੈਨੂੰ ਇੱਕ ਰਾਹਗੀਰ ਨੇ ਇਤਲਾਹ ਦਿੱਤੀ ਵੀ ਜਿਹੜੀ ਨਵੀਂ ਆ ਸਾਹਮਣੇ ਆਪਣੇ ਲਾਈਨ ਬਣੀ ਹੋਈ ਆ, ਤੀਜੀ ਟਾਟਾ ਦੀ ਪ੍ਰਾਈਵੇਟ ਲਾਈਨ ਹੈ, DFC ਇਹਨੂੰ ਕਹਿ ਦਿੰਦੇ ਨੇ ਜੀ, ਵੀ ਇਹਦੇ ਉੱਤੇ ਲਲਹੇੜੀ ਰੋਡ ਓਵਰਬ੍ਰਿਜ ਦੇ ਕੋਲ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ, ਅਤੇ ਇਤਲਾਹ 'ਤੇ ਮੈਂ ਆਪਣੇ ਸਾਥੀ ਕਰਮਚਾਰੀਆਂ ਨਾਲ ਤੁਰੰਤ ਮੌਕੇ 'ਤੇ ਪੁੱਜਾ ਜੀ। ਮੌਕੇ 'ਤੇ ਪੁੱਜ ਕੇ ਮੈਂ ਦੇਖਿਆ ਵੀ ਇੱਕ ਇਮਾਰਤ ਤਾਂ ਜੀ ਉੱਥੇ ਰੇਲਵੇ ਦੇ ਕਿਲੋਮੀਟਰ ਚੱਲਦੇ ਨੇ ਜੀ ਸਾਨੂੰ ਕਾਰਵਾਈ ਲਈ, 1223/8 ਤੋਂ ਲੈ ਕੇ 10 ਤੱਕ ਇਹ ਦੋਵੇਂ ਨੌਜਵਾਨ ਇੱਕ ਟਰੈਕ ਦੇ ਵਿੱਚ ਪਿਆ ਸੀ।
ਅਤੇ ਇੱਕ ਟਰੈਕ ਤੋਂ ਬਾਹਰ ਸੀਗਾ, ਜਿਹਨਾਂ ਨੂੰ ਮੈਂ ਜੀ ਕ੍ਰਮਵਾਰ ਏ ਅਤੇ ਬੀ ਲਗਾ ਕੇ ਮੁੱਢਲੀ ਕਾਰਵਾਈ ਆਰੰਭ ਕੀਤੀ। ਮੇਰੇ ਅਫਸਰ ਵੀ ਤਸਦੀਕ ਲਈ ਸਰਹੰਦ ਤੋਂ ਮੌਕਾ 'ਤੇ ਪੁੱਜੇ ਸੀ। ਮੌਕਾ 'ਤੇ ਸ਼ਨਾਖਤ ਦੇ ਮੈਂ ਕਾਫੀ ਉਪਰਾਲੇ ਕੀਤੇ, ਲੇਕਿਨ ਭਾਅ ਜੀ ਸ਼ਨਾਖਤ ਨਹੀਂ ਹੋ ਸਕੀ। ਅਤੇ ਫਿਰ ਮੈਂ ਉੱਥੋਂ ਮੁੱਢਲੀ ਕਾਰਵਾਈ ਕਰਨ ਉਪਰੰਤ ਉਠਵਾ ਕੇ ਇਹ 72 ਘੰਟਿਆਂ ਲਈ ਏ ਸੀ ਮੋਰਚਰੀ ਸਿਵਲ ਹਸਪਤਾਲ ਖੰਨਾ ਰਖਵਾ ਦਿੱਤੇ ਨੇ ਜੀ, ਅਤੇ ਬਣਦੀ ਕਾਰਵਾਈ ਮੈਂ ਅਮਲ 'ਚ ਲਿਆ ਜੀ। ਅੱਜ ਇਹਨਾਂ ਦੇ ਵਾਰਸ ਮੇਰੇ ਕੋਲ ਸਵੇਰੇ ਆਏ ਸੀ, ਆ ਤਾਂ ਚੌਂਕਿ ਹੋਈ 9 ਵਜੇ ਵਕਤ 9 ਵਜੇ ਦੇ ਕਰੀਬ, ਅਤੇ ਉਹਨਾਂ ਨੇ ਇਹਨਾਂ ਦੀ ਭਾਅ ਜੀ ਦੋਨਾਂ ਦੀ ਉਹ ਸ਼ਨਾਖਤ ਹੋ ਚੁੱਕੀ ਹੈ। ਇਹ ਦੋਨੇ ਇੱਕ ਇਹਨਾਂ 'ਚੋਂ ਮਤਲਬ ਰਾਜ ਮਿਸਤਰੀ ਮੇਨ ਮਿਸਤਰੀ ਸੀ, ਦੂਜਾ ਮਜ਼ਦੂਰ ਸੀ, ਇਕੱਠੇ ਹੀ ਕੰਮ ਕਰਦੇ ਸੀ। ਇਕੱਠੇ ਹੀ ਇਹ ਕੰਮ ਕਰਨ ਤੋਂ ਬਾਅਦ ਮਤਲਬ ਤੁਰ ਕੇ ਉੱਥੋਂ ਟਰੈਕ ਪਾਰ ਕਰਦੇ ਨੇ ਜੀ, ਇਹ ਲਰੇੜੀ ਰੋਡ ਪੁਲ ਦੇ ਥੱਲੋਂ ਇੱਕ ਲਾਂਘਾ ਬਣਾਇਆ ਹੋਇਆ, ਉੱਥੋਂ ਦੀ ਲੰਘ ਰਹੇ ਸੀ। ਇੱਧਰੋਂ ਤੇਜ਼ ਰਫ਼ਤਾਰ ਗੱਡੀ ਜਾ ਰਹੀ ਸੀ ਲੁਧਿਆਣਾ ਸਾਈਡ ਤੋਂ ਅੰਬਾਲੇ ਸਾਈਡ ਨੂੰ, ਉਹਦੀ ਚਪੇਟ 'ਚ ਭਾਅ ਜੀ ਇਹ ਆਇਆ, ਇਹਨਾਂ ਨੇ ਗੱਡੀ ਨਹੀਂ ਦੇਖੀ, ਉਹਦੀ ਚਪੇਟ 'ਚ ਆ ਗਏ। ਕਿੰਨੀ ਉਮਰ ਦੇ ਨੇ ਜੀ ਇਹ? ਇਹਨਾਂ 'ਚੋਂ ਜਿਹੜਾ ਤਾਂ ਜੀ ਰਾਜ ਮਿਸਤਰੀ ਹੈ ਭਾਅ ਜੀ, ਉਹ ਕਰੀਬ 55 ਤੋਂ 60 ਸਾਲ ਉਮਰ ਦਾ ਵੱਡਾ। ਜਿਹੜਾ ਇਹਦਾ ਮਜ਼ਦੂਰ ਸੀਗਾ ਛੋਟਾ, ਉਹਦੀ ਉਮਰ 35 ਤੋਂ 40 ਸਾਲ ਭਾਅ ਜੀ। ਇਹਦੇ ਵੱਲੋਂ ਸਰ ਮੈਂ ਬਣਦੀ ਕਾਰਵਾਈ ਜ਼ਾਬਤਾ ਅਨੁਸਾਰ 174 CRPC ਅਮਲ 'ਚ ਲਿਆ ਰਿਹਾ, ਅਤੇ ਵਾਰਸਾਂ ਦੇ ਬਿਆਨ ਵਗੈਰਾ ਮੈਂ ਦਰਜ ਕਰ ਲਏ ਨੇ, ਅਤੇ ਬਣਦੀ ਕਾਰਵਾਈ ਕੰਪਲੀਟ ਕਰਕੇ ਮੈਂ ਉਹਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕਰ ਦੇਵਾਂਗਾ।